ਫਿਰੋਜ਼ਪੁਰ ਵਿੱਚ ਸਰਹੱਦੀ ਤਾਰੋਂ ਪਾਰ ਐਸਟੀਐਫ ਲੁਧਿਆਣਾ ਪੁਲਿਸ ਅਤੇ ਬੀਐਸਐਫ ਵੱਲੋਂ ਚਲਾਏ ਗਏ ਵਿਸ਼ੇਸ਼ ਜੁਆਇੰਟ ਸਰਚ ਆਪਰੇਸ਼ਨ ਦੌਰਾਨ ਦੋਨਾਂ ਤੇਲੂਮਾਲ ਚੌਕੀ ਦੇ ਤਾਰੋਂ ਪਾਰ ਜ਼ਮੀਨ ਵਿੱਚ ਦੱਬੀ 5 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਜ਼ਿਕਰੇ ਖਾਸ ਹੈ ਕਿ 5 ਦਿਨ ਪਹਿਲਾਂ ਇਸੇ ਖੇਤਰ ਵਿੱਚ 2.5 ਕਿਲੋਗ੍ਰਾਮ ਹੈਰੋਇਨ ਸਮੇਤ ਕਾਬੂ ਕੀਤੇ ਗਏ ਵਿਅਕਤੀ ਦੀ ਨਿਸ਼ਾਨਦੇਹੀ ਤੇ ਕਾਰਵਾਈ ਦੌਰਾਨ ਐਸਟੀਐਫ ਪੰਜਾਬ ਪੁਲਿਸ ਲੁਧਿਆਣਾ ਦੀ ਇੱਕ ਹਫ਼ਤੇ ਵਿੱਚ ਦੂਸਰੀ ਵੱਡੀ ਸਫਲਤਾ ਮੰਨੀ ਜਾ ਰਹੀ ਹੈ। ਵਿਸ਼ੇਸ਼ ਸਾਂਝੇ ਸਰਚ ਆਪਰੇਸ਼ਨ ਦੌਰਾਨ ਸਰਹੱਦ ਤੇ ਗੇਟ ਨੰਬਰ 195 ਦੇ ਪਾਰ ਖੇਤ ਵਿੱਚ ਜਨਰੇਟਰ ਦੇ ਟਾਇਰ ਹੇਠਾਂ ਵੱਖ ਵੱਖ ਪੈਕਟਾਂ ਵਿੱਚ ਦੱਬੀ ਹੋਈ 5 ਕਿਲੋਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 25 ਕਰੋੜ ਰੁਪਏ ਦੱਸੀ ਜਾ ਰਹੀ ਹੈ।